ਸਤਿਗੁਰਾਲ ਜੀ ਰਮਾਨੀਆਂ ਦੀ ਜਿਹੜੀ ਜਿਹੜੀ ਸਾਡੀ ਗਵਰਨਮੈਂਟ ਆ ਜਾਂ ਬਲਗਾਰੀਆ ਦੀ ਗਵਰਨਮੈਂਟ ਨੇ ਨਵਾਂ ਟੈਕਸ ਲੈ ਕੇ ਆਈ ਆ ਇਹ ਟੈਕਸ ਹੈਗਾ ਕਿ ਜੇ ਤੁਸੀਂ ਰਮਾਨੀਆਂ ਤੋਂ ਬਲਗਾਰੀਆ ਜਾਂਦੇ ਆ ਕਿਸੇ ਆਪਣੇ ਤੁਸੀਂ ਬੱਸ ਕਾਰ ਤੇ ਜਾਂ ਤੁਸੀਂ ਕਾਰ ਤੇ ਜਾਂਦੇ ਆ ਜਾਂ ਆਪਣੇ ਪਰਸਨਲ ਕਿਸੇ ਹਨ ਗੱਡੀ ਤੇ ਜਾਂਦੇ ਆ ਜਾਂ ਤੁਸੀਂ ਟਰੱਕ ਚਲਾਉਂਦੇ ਆ ਕੁਝ ਵੀ ਆ ਤੇ ਉਹਦਾ ਜਿਹੜਾ ਇਹਨਾਂ ਨੇ ਟੈਕਸ ਲਾਉਣਾ ਸ਼ੁਰੂ ਕਰਤਾ ਕਿ ਤੁਹਾਨੂੰ ਜਿਹੜਾ ਵਾ ਬਾਰਡਰ ਤੇ ਟੈਕਸ ਦੇਣਾ ਪੈਣਾ ਮਤਲਬ ਜੇ ਤੁਸੀਂ ਬਲਗਾਰੀਆ ਤੋਂ ਰਮਾਨੀਆਂ ਚਾਉਂਦੇ ਆ ਤਾਂ ਐਂਟਰੀ ਟੈਕਸ ਰਮਾਨੀਆ ਤੋਂ ਬਲਗਾਰੀਆ ਜਾਂਦੇ ਆ ਤੇ ਜਿਹੜਾ ਐਂਟਰੀ ਟੈਕਸ ਪਹਿਲਾਂ ਇਦਾਂ ਨਹੀਂ ਹੈਗਾ ਸੀਗਾ ਪਰ ਹੁਣ ਇਹਨਾਂ ਨੇ ਇਹ ਸ਼ੁਰੂ ਕਰਤਾ ਤੇ ਉਹ ਟੈਕਸ ਡਿਪੈਂਡ ਔਨ ਤੁਹਾਡੇ ਵਾਹਨ ਤੇ ਮਤਲਬ ਤੁਹਾਡੇ ਕੋਲ ਕਾਰ ਆ ਤੁਹਾਡੇ ਕੋਲ ਕਿਹਣਾ ਸਾਧਨ ਆ ਉਹਦੇ ਅਕੋਰਡਿੰਗ ਟੂ ਆ ਉਹ ਜਿਹੜਾ ਟੈਕਸ ਉਹ ਇਹਨਾਂ ਨੇ ਕਰ ਦਿੱਤਾ ਵਾ 2 ਯੂਰੋ ਤੋਂ ਲੈ ਕੇ 10 ਯੂਰੋ ਦੇ ਵਿੱਚ ਵਿੱਚ ਹੋ ਸਕਦਾ ਵਾ ਸੋ ਇੱਕ ਬੈਡ ਨਿਊਜ਼ ਜਿਹੜੇ ਰਮਾਨੀਆ ਤੋਂ ਬਲਗਾਰੀਆ ਬਲਗਾਰੀਆ ਤੋਂ ਰਮਾਨੀਆ ਬਾਈਕਾਰ ਆਪਣੇ ਜਾਂ ਉਹ ਕਿਸੇ ਸਾਧਨ ਰਹੀ ਜਾਂਦੇ ਆ ਤੇ ਇੱਕ ਤਰੀਕਾ ਜਿ ਤੋਂ ਜਿਹੜਾ ਇਹਨਾਂ ਨੇ 1 ਸਤੰਬਰ ਤੋਂ ਜਿਹੜਾ ਇਹਨਾਂ ਨੇ ਟੈਕਸ ਸ਼ੁਰੂ ਕਰ ਦਿੱਤਾ ਕਿ ਸਤੰਬਰ ਤੋਂ ਉਹਨਾਂ ਨੂੰ ਟੈਕਸ ਦੇਣਾ ਪਊਗਾ। ਅਕੋਰਡਿੰਗ ਟੂ ਉਹਨਾਂ ਦੇ ਜਿਹੜੇ ਆ ਵਾਹਨ ਜਿਹੜੇ ਉਹਨਾਂ ਦੇ ਸਾਧਨਾਂ ਜਿਹਦੇ ਤੇ ਤੁ ਜਾ ਰਹੇ ਆ ਡਿਪੈਂਡ ਉਹ ਉੱਤੇ ਆ ਕਿ ਕਾਰ ਵਾਲੇ ਨੂੰ ਕਿੰਨੇ ਪੈਸੇ ਪੇ ਕਰਨੇ ਪੈਣਗੇ ਜੇ ਕਿਸੇ ਕੋਲ ਟਰੱਕ ਆ ਉਹਨੂੰ ਕਿੰਨੇ ਪੈਸੇ ਪੇ ਕਰਨੇ ਪੈਣਗੇ ਮਤਲਬ ਇਸ ਹਫ਼ਤੇ ਨਾਲ ਇਹਨਾਂ ਨੇ ਜਿਹੜਾ ਨਵਾਂ ਇਹ ਸਟਾਰਟ ਕਰ ਦਿੱਤਾ।